ਹੋ ਜੇ ਤੂੰ ਚਲਿਆ ਭੁੱਖਾ ਰਿਸਕ ਦਾ ਮੇਰੀਆਂ ਕੋਠੀਆਂ ਲੈ ਜਾ ਪੁੰਨ ਏਕਮ ਥੈਂਕ ਯੂ ਓ ਕੀ ਬਾਤ ਹੈ ਯੂ ਕਮਿਟਿਡ ਨਾਟ ਐਨੀਮੋਰ ਉਹਦੇ ਗਿਫਟ ਅਤੇ ਉਹਦੇ ਲੈਟਰਸ ਉਹਨੂੰ ਮੋੜ ਦੀ ਬਾਈ ਮੈਥੋਂ ਆਹ ਕੰਮ ਨਹੀਂ ਹੋਣਾ ਯਾਰ ਯਾਰ ਮੈਂ ਅੱਗ ਲਾਉਣ ਤੋਂ ਚੰਗਾ ਲੱਗੂੰਗਾ ਅਗਲੀ ਖਬਰ ਪੰਜਾਬ ਦੇ ਨਾਮੀ ਬਿਜ਼ਨਸਮੈਨ ਜਗਮੀਤ ਵੜੈਚ ਦੀ ਹੈ ਜਿਨ੍ਹਾਂ ਦੀ ਅੱਜ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀਸੀਟੀਵੀ ਕੈਮਰੇ 'ਤੇ ਜੋ ਫੁਟੇਜ ਪ੍ਰਾਪਤ ਹੋਈ ਹੈ ਉਸ ਅਨੁਸਾਰ ਹਮਲਾਵਰਾਂ ਵਿੱਚੋਂ ਇੱਕ ਨੇ ਪ੍ਰਿੰਟਡ ਕਮੀਜ਼ ਅਤੇ ਦੂਜੇ ਨੇ ਬਲੈਕ ਕਮੀਜ਼ ਪਾਈ ਹੋਈ ਹੈ ਆ ਕੀ ਲਿਖਣ ਲੱਗਿਆ ਹੋਇਆ ਉਹ ਮੈਂ ਕੁਛ ਨਹੀਂ ਉਹ ਮਾੜਾ ਜਿਹਾ ਹਿਸਾਬ ਕਿਤਾਬ ਜਿਹਾ ਕਰ ਰਿਹਾ ਸੀ ਉਹ ਰਹਿੰਦਾ ਸੀਗਾ ਓਹੋ ਹੋ ਹੋ ਹਿਸਾਬ ਕਿਤਾਬ 2 on my head 4 on my finger ਕਰਕੇ ਤਾਂ ਤੂੰ ਹੁਣ ਤੱਕ ਹਿਸਾਬ ਕਿਤਾਬ ਕਰਦਾ 13 ਦੀ ਗਿਣਤੀ ਤੋਂ ਬਾਅਦ ਤੈਨੂੰ ਪੈਂਦੀ ਹੈ ਦੰਦਲ 17 ਤੋਂ ਬਾਅਦ ਤੈਨੂੰ ਚੱਕਣਾ ਪੈਂਦਾ ਡਾਡੀ ਸ਼ਰਮਾ ਤੂੰ ਬਹੁਤਾ ਨਾ ਬੋਲ ਕਿੱਥੇ ਸੀ ਸਾਰਾ ਭੁਲਾਤਾ ਉਹ ਜੈਸਿਕਾ ਕਿਹਦੇ ਨਾਲ ਜੱਫੀ ਪਾਈ ਜਾਂਦੀ ਹੈ ਕਿੱਥੇ ਆ ਜਸ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ ਦਿਲ ਤੇ ਵਿਹੜੇ ਬਹਿ ਕੇ ਵਿਹੜਾ ਲੁੱਟ ਕੇ ਲੈ ਗਿਆ ਤੂੰ ਧੀਏ ਸੌ ਅੱਡ ਬਟਾਲ ਵੀ ਬਣਿਆ ਫਿਰਦਾ ਜੈਸਿਕਾ ਤਾਂ ਹੈਗੀ ਹਜੇ ਤੇਰੇ ਕੋਲ ਰੂਪ ਕੀਰਤ ਦੇ ਚੱਕੀ ਫਿਰਦਾ ਤੂੰ ਲਵ ਲੈਟਰ ਕਿਹੋ ਜਿਹਾ ਹੁੰਦਾ ਸੀ ਰੂਪ ਦੇ ਹੁਣ ਵੀ ਕੋਈ ਬਹੁਤਾ ਚੰਗਾ ਨਹੀਂ ਹੈ ਕੀ ਹੋ ਗਿਆ ਤੇਰੇ ਤੋਂ ਕਦਾ ਲੁਕੋ ਯਾਰ ਛੱਡਣ ਲੱਗਿਆ ਕੀਰਤ ਨੂੰ ਇਹ ਸੌਂਕ ਆ ਸਿਮਰਨ ਦੇ ਪਿੱਛੇ ਲੱਗਾ ਹੋਇਆ ਬੜੀ ਮਾੜੀ ਗੱਲ ਆ ਯਾਰ ਰੂਪ ਦੀ ਹੈ ਯਾਰ ਉਹਨੇ ਛੱਡਣ ਲੱਗਿਆ ਇੱਕ ਵਾਰ ਜਸਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀਰਤ ਕੀ ਹਾਲ ਨੇ ਵਧੀਆ ਹੋਰ ਲੱਕੀ ਕੀ ਹਾਲ ਚਾਲ ਹੈ ਤੇਰਾ ਠੀਕ ਹੈ ਲੇਟ ਹੋ ਗਏ ਸੀ ਤੂੰ ਐਕਚੁਅਲੀ ਰਾਜ ਤਾਜ਼ਾ ਤਾਜ਼ਾ ਗੁੜ ਕੱਢ ਰਹੇ ਸੀ ਰੂਪ ਨੂੰ ਬਹੁਤ ਪਸੰਦ ਆ ਨਾ ਮੈਂ ਉਹਦੇ ਲਈ ਲੈਣ ਚਲੀ ਗਈ ਸੀ ਆਹ ਰੂਪ ਨੂੰ ਦੇ ਦਿਓ ਜਾ ਕੇ ਓਹ ਸ਼ਿਟ ਡੈਡ ਦਾ ਫੋਨ ਹੁਣ ਇਹ ਪੱਕਾ ਮੈਨੂੰ ਬਲਬੀਰ ਸਰ ਨਾਲ ਗੱਲ ਕਰਾਉਣ ਨੂੰ ਕਹਿਣਗੇ ਕੀ ਕਰਾਉਣ ਲੈ ਚੁੱਕੋ ਫੋਨ ਲਾਊਡ ਤੇ ਹਾਂ ਪੁੱਤ ਕੀਰਤ ਕਿੱਥੇ ਆ ਨਾ ਪਹੁੰਚ ਕੇ ਫੋਨ ਨਹੀਂ ਕਰਨਾ ਹੁੰਦਾ ਲੈਕਚਰ ਲੱਗ ਰਿਹਾ ਹਾਂਜੀ ਹਾਂਜੀ ਡੈਡ ਲੈਕਚਰ ਸੀ ਆ ਲੈ ਫਿਰ ਕਰਾ ਬਲਬੀਰ ਸਰ ਨਾਲ ਗੱਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਬੇਟੀ ਟਾਈਮ ਨਾਲ ਪਹੁੰਚ ਗਈ ਸੀ ਕਲਾਸ 'ਚ ਮੇਰੀ ਗੱਲ ਸੁਣੋ ਤੁਹਾਡੀ ਕੁੜੀ ਵੀ ਟਾਈਮ ਨਾਲ ਆ ਗਈ ਸੀ ਕਲਾਸ 'ਚ ਅਤੇ ਬਾਕੀ ਬੱਚੇ ਵੀ ਹੁਣ ਮੈਂ ਇਕੱਲੇ ਇਕੱਲੇ ਬੱਚੇ ਦਾ ਹਿਸਾਬ ਤਾਂ ਉਹਦੇ ਮਾਂ ਪਿਓ ਨੂੰ ਦਿੰਦਾ ਰਿਹਾ ਐਂ ਤਾਂ ਫਿਰ ਪੜਾਇਆ ਗਿਆ ਮੇਰੇ ਕੋਲ ਪਰ ਕੀ ਪਰ ਤੁਹਾਨੂੰ ਪਤਾ ਮੇਰੇ 'ਤੇ ਕਿੰਨਾ ਪ੍ਰੈਸ਼ਰ ਰਹਿੰਦਾ ਬੱਚਿਆਂ ਦਾ ਅੱਡ ਪ੍ਰੈਸ਼ਰ ਬੱਚਿਆਂ ਦੇ ਮਾਂ ਪਿਓ ਦਾ ਅੱਡ ਪ੍ਰੈਸ਼ਰ ਜਨਾਨੀ ਦਾ ਮੇਰੇ 'ਤੇ ਲੱਗਦਾ ਪ੍ਰੈਸ਼ਰ ਤੁਹਾਨੂੰ ਪਤਾ ਨਹੀਂ ਪਤਾ ਤੁਹਾਨੂੰ ਬਿਲਕੁਲ ਨਹੀਂ ਪਤਾ ਮੈਂ ਉੱਠਦਾ ਤੜਕੇ ਮੈਂ ਇਕੱਲਾ ਉੱਠ ਕੇ ਬਣਾਉਣਾ ਚਾਹ ਆਹ ਪੀਣਾ ਮੈਂ ਕੱਪੀ ਕੱਪੀ ਉਹਨੂੰ ਦਿੰਦਾ ਮੈਂ ਭਰ ਕੇ ਮੱਗਾ ਫਿਰ ਵੀ ਕਹਿੰਦੇ ਜਨਾਨੀ ਦੇ ਥੱਲੇ ਲੱਗਾ ਪਰ ਸਰ ਮੈਂ ਫਿਰ ਮੈਂ ਯਾਰ ਇੱਕ ਤਾਂ ਤੁਸੀਂ ਹੰਕਾਰੇ ਹੋਏ ਬਹੁਤ ਹੋ ਮੈਂ ਬਹੁਤ ਆ ਤੁਹਾਡੇ ਵਿੱਚ ਉੱਤੋਂ ਵਿਹਲੇ ਹੋ ਜਦੋਂ ਜੀ ਕਰਦਾ ਤੁਹਾਡਾ ਫੋਨ ਘੁਮਾ ਲੈਂਦੇ ਹੋ ਉਹ ਜੀ ਤੁਹਾਡੀ ਕੁੜੀ ਆ ਜਿਹੜੀ ਹੌਲੀ ਦੇਣੀ ਫੋਨ ਚੱਕ ਲੈਂਦੀ ਕੱਟਿਆ ਗਿਆ ਰੂਪ ਨੂੰ ਦੱਸੂਗੀ ਨਾ ਇੰਨਾ ਹੱਸਣਾ ਕਈਆਂ ਦੀ ਹੋ ਜੂ ਡਿਗਰੀ ਉਹ ਬੈਠੇ ਸਿਆਸ ਨੂੰ
टाइम पास नू कईयां दी हो जू डिग्री ओ बैठे सियास नू कई यार सेट ने हुंदे कईयां दे जैक ने हुंदे कई यार सेट ने हुंदे कईयां दे जैक ने हुंदे कईयां तो पर्ची फड़ी गई ते गल बिगड़ी ओ पूरी नहीं हुंदी एक कसूती डिग्री तेरे बंदे ने तेरी दित्ती इनफॉरमेशन इस्तेमाल करके अपने छोटे छोटे बच्चों तो दूर कर दिता भाजी मैं ता बस बस अपने नशे का चा पूरा करने वास्ते डिटेल ही तकड़ा के दित्ती सी मेरी कार डिटेल मैं कित्थे जाना है किनू किनू मिलना है अपने बच्चों नाल कदों कला समा बिताना है यही दस्या सी ना तू मैनू नहीं पता सी के डैडी हाँ बता तुसी आ गए तुसी कित्थे सी डैडी तुसी सानू छट के कित्थे चले गए पुत ओथे जिथे गया बंदा कदे नहीं मुड़ता अंकल थानू पता मेरे डैडी नू कीने मारिया मैं नहीं मारिया पुत तुसी मारा मेरे डैडी नू नहीं पुत गलती होगी मेरे तो मैनू माफ कर दे इन्ना तो कादिया माफिया मांगता है ओए तेनू पता है मेरे तो बगैर इन्हां दा कोई नहीं तू सोचा कि प्यो तो बगैर यह दर दर दे ठोकर खाणगे कदे सोचा तू इन्हां नू यतीम बनाउण वाला लाली तू है तू मैनू माफ कर दो मैं तो बहुत वड्डी गलती हो बच्चे लई मां प्यो दा सहारा की हुंदा है तू की जाने ओए नशेड़िया दे जवाब देख ला भाई बंदा चाहे जिन्ना मर्जी वड्डा होवे मौत तक नहीं हरेक नौ आती ये तो वही बिजनेसमैन ने जगमीत वड़ा हाँ हाँ पर ये रात बंदे के लिए स्कॉटी बॉय होंगी अच्छा इन्हों क्यों मार गए अगले यार एक्चुअली ना दी घर वाली डेथ हो गई सी दो साल पहला तो हम चार दिन जवाब कर ले रहे
ਰੱਬ ਹੀ ਰੱਖਾ ਉਹਨਾਂ ਦਾ। ਲਾਲੀ ਓਏ ਏਕਮ ਆ ਗਿਆ, ਏਕਮ ਇੰਨੀਆਂ ਤਾੜੀਆਂ ਇੰਨੀਆਂ ਦੇਣੇ ਗਏ, ਹਾਲੇ ਤਾਂ ਇੱਕ ਨਿੱਕਾ ਜਿਹਾ ਕੰਪੀਟੀਸ਼ਨ ਹੀ ਜਿੱਤਿਆ। ਸਰਦਾਰ ਸਾਹਿਬ, ਓ ਸਰਦਾਰਨੀ ਜੀ, ਏਕਮ ਯੂ ਡਿਡ ਅ ਰੀਲੀ ਗ੍ਰੇਟ ਜੌਬ, ਤੂੰ ਤੇ ਸਾਰਾ ਆਡੀਟੋਰੀਅਮ ਹੀ ਨਚਾਤਾ। ਕੀ ਇੱਕ ਵਾਰੀ ਹੋਰ? ਯੂ ਡਿਡ ਅ ਰੀਲੀ ਗ੍ਰੇਟ ਜੌਬ ਯਾਰ, ਪੂਰਾ ਆਡੀਟੋਰੀਅਮ ਹੀ ਨਚਾਤਾ। ਅਸੀਂ ਨਹੀਂ ਨਚਾਵਾਂਗੇ ਤਾਂ ਹੋਰ ਕੌਣ ਨਚਾਊਗਾ? ਨਾਲੇ ਫੈਕਟ ਹੈ, ਫੈਕਟ ਹੈ ਵੀ ਫੈਕਟ ਹੈ। ਦੇਖੋ ਸਾਰੇ ਜਾਣਦੇ ਹੋ ਮੈਂ ਬਚਪਨ ਤੋਂ ਮਿਰਜ਼ਾ ਗਾਉਂਦਾ ਰਿਹਾ ਯਾਰ। ਨਾਲੇ ਇੱਕ ਹੋਰ ਫੈਕਟ ਹੈ, ਮਿਰਜ਼ਾ ਗਾਣਾ ਕੋਈ ਜਣੇ ਖਣੇ ਦੇ ਬਸ ਦੀ ਖੇਡ ਨਹੀਂ ਹੈਗੀ ਬਾਈ, ਪੂਰਾ ਇੱਕ ਦਾ ਜ਼ੋਰ ਚਾਹੀਦਾ। ਅੱਛਾ ਫਿਰ ਏਕਮ ਬਾਈ, ਅੱਗੇ ਕੀ ਕਰਨ ਦਾ ਪਲੈਨ ਆ? ਅੱਗੇ ਸਟਾਰ ਬੋਏ ਨੇ ਜਾਣਾ ਸਟਾਰ ਰੈਕਡ ਦੇ ਦਫ਼ਤਰ 'ਚ, ਉੱਥੇ ਗਾਣੇ ਗੁਣੇ ਰਿਕਾਰਡ ਕਰਾਵਾਂਗੇ, ਮੁਰਝਾ ਮੁਰਝਾ ਗਾਵਾਂਗੇ, ਹਿੱਟ ਹੋ ਜਾਵਾਂਗੇ ਕਿ ਨਹੀਂ। ਨਾਲੇ ਬਾਬੇ ਫਿਰ ਕਨੇਡਾ ਕੀ, ਨਿਊਜ਼ੀਲੈਂਡ ਕੀ, ਆਸਟ੍ਰੇਲੀਆ ਕੀ, ਇੱਕ ਬਾਬੇ ਕੀ, ਉਹ ਐਂ ਕਰਕੇ ਹੀ ਸਟੈਚੂ ਆਫ ਲਿਬਰਟੀ ਬਾਸ, ਭਾਵੇਂ ਜੱਟ ਦੇ ਪੈਰ ਮਾਰ ਜਾਣ, ਹੁਣ ਤਾਂ ਮਿਸਾਲ ਦੇ ਉੱਤੇ ਖੜਕੀ ਜੱਟ ਮਿਰਜ਼ਾ ਗਾਊਗਾ। ਉਹ ਜੱਟ ਚੜ੍ਹਦੇ ਮਿਰਜ਼ੇ ਖਾਣ, ਨਾਲੇ ਬਾਈ ਵੱਡੇ ਬਜ਼ੁਰਗ ਕਹਿੰਦੇ ਨੇ, ਸਾਰੇ ਕਹਿੰਦੇ ਨੇ ਕਿ ਚੱਲੀ ਜਾਣਾ ਚਾਹੀਦਾ, ਰੁਕੀ ਦਾ ਨਹੀਂ ਹੁੰਦਾ ਕਦੇ ਵਿੱਚ, ਜੋ ਮਰਜ਼ੀ ਹੋ ਜੇ ਬਸ ਰੁਕੀ ਦਾ ਨਹੀਂ ਹੁੰਦਾ ਜੀ, ਰੁਕੀ ਦਾ ਨਹੀਂ ਹੁੰਦਾ। ਉਹ ਸੈਲਫੀਆਂ ਸੁਲਫੀਆਂ ਲੈ ਲਓ, ਫਿਰ ਕਿਆ ਕਰੋਗੇ ਸਾਡੇ ਨਾਲ ਬੈਂਚ 'ਤੇ ਬੈਠਾ ਜੀ, ਲੈ ਲਓ ਸੈਲਫੀਆਂ, ਲਿਆ ਵੀ ਲਿਆ, ਕੈਮਰਾ ਸਾਫ਼ ਨਹੀਂ ਤੇਰਾ, ਚੱਲ ਬੋਖਾ ਨੇ ਚੈਪਟਰ। ਜਸ, ਲੱਕੀ ਨੇ ਮੈਨੂੰ ਸਭ ਕੁਛ ਦੱਸ ਦਿੱਤਾ ਸੀ। ਭਰਜਾਈ ਮੈਨੂੰ ਤਾਂ ਆਪ ਨਹੀਂ ਸਮਝ ਆ ਰਿਹਾ ਉਹਨੇ ਇੱਦਾਂ ਕਰਨ ਬਾਰੇ ਸੋਚ ਵੀ ਕਿਵੇਂ ਲਿਆ। ਤੇ ਹੋਰ ਕਿੰਨਾ ਸੋਹਣਾ ਤਾਂ ਤੂੰ ਗਾ ਰਿਹਾ ਸੀ, ਉਹਨਾਂ ਨੂੰ ਕੀ ਲੋੜ ਪਈ ਸੀ ਐਵੇਂ ਹੂਟਿੰਗ ਕਰਨ ਦੀ? ਉਹ ਤਾਂ ਹੈ ਭਰਜਾਈ। ਕੋਈ ਨਾ ਜਸ, ਤੂੰ ਘਬਰਾ ਨਾ, ਮੈਨੂੰ ਜੇ ਕਿਤੇ ਮੁੰਡੇ ਮਿਲ ਗਏ ਨਾ ਮੈਂ ਉਹਨਾਂ ਦੀ ਰੇਲ ਬਣਾ ਦੇਣੀ ਹੈ। ਪਰ ਉਹਦੇ ਲਈ ਤਾਂ ਭਾਬੀ ਫਿਰ ਲਾਲੀ ਨੂੰ ਬੁਲਾਉਣਾ ਪੈਣਾ ਨਾ। ਲਾਲੀ ਨੂੰ ਕਿਉਂ? ਉਹਦੀ ਚਾਹ ਪੀ ਕੇ ਰੇਲ ਬਣਾਉਂਗੇ ਜਿਵੇਂ ਉਦਣ ਜੈਸਿਕਾ ਦੀ ਬਣਾਈ ਸੀ। ਪਰ ਭਰਜਾਈ ਮੈਨੂੰ ਲੱਗਦਾ ਮੈਂ ਨਾ ਆਪਦੀ ਗਲਤੀ ਕਰਕੇ ਹੀ ਹਾਰਿਆ, ਜੇ ਕਿਤੇ ਰਿਆਜ਼ ਜ਼ਿਆਦਾ ਕੀਤਾ ਹੁੰਦਾ ਨਾ ਮੈਂ। ਲੈ ਜਸ, ਇੰਨੀ ਮਿੱਠੀ ਤਾਂ ਆਵਾਜ਼ ਹੈ ਤੇਰੀ, ਤੈਨੂੰ ਪਤਾ ਰੂਪ ਨੇ ਤਾਂ ਮੈਨੂੰ ਪਹਿਲਾਂ ਹੀ ਕਹਿ ਰੱਖਿਆ, ਕਹਿੰਦਾ ਆਪਣੇ ਵਿਆਹ 'ਤੇ ਆਪਾਂ ਜਸ ਤੋਂ ਹੀ ਗਵਾਉਣਾ। ਜਿਸ ਸਬੱਬ ਬਣਿਆ ਤਾਂ ਜ਼ਰੂਰ ਭਾਬੀ। ਜਸ ਹੌਸਲਾ ਨਹੀਂ ਹਾਰੀਦਾ, ਪਤਾ ਨਹੀਂ ਅੱਗੇ ਕਿੰਨੇ ਚਾਂਸ ਮਿਲਣੇ ਨੇ ਤੈਨੂੰ ਹੋਰ। ਉਹ ਤਾਂ ਹੈ, ਹੁਣ ਤੂੰ ਮੈਨੂੰ ਤੇ ਰੂਪ ਨੂੰ ਹੀ ਦੇਖ ਲੈ, ਕਦੇ ਸੋਚਿਆ ਸੀ ਕਿ ਅਸੀਂ ਇੰਨਾ ਲੰਬਾ ਟਾਈਮ ਕੱਟ ਜਾਵਾਂਗੇ? ਪਰ ਰੂਪ ਹੈ ਕਿੱਥੇ? ਮੈਂ ਉਹਨੂੰ ਟੈਕਸਟ ਵੀ ਕੀਤਾ, ਕਾਲ ਵੀ ਕੀਤੀ, ਅੱਜ ਕਾਲਜ ਵੀ ਨਹੀਂ ਆਇਆ ਉਹ। ਮੈਨੂੰ ਲੱਗਦਾ ਭੰਗੜੇ 'ਚ ਪਾਰਟੀਸਪੇਟ ਨਹੀਂ ਨਾ ਕਰ ਸਕਿਆ ਸੀ, ਉਹਦੇ ਕਰਕੇ ਅਪਸੈਟ ਹੋਣਾ। ਹਾਂ, ਮੈਨੂੰ ਵੀ ਕਾਲ ਆਈ ਸੀ ਉਹਦੀ, ਕਹਿੰਦਾ ਸੀ, ਕਹਿੰਦਾ ਪੈਰ 'ਤੇ ਸੱਟ ਲੱਗ ਗਈ, ਪਰ ਉਹਨੇ ਮੇਰਾ ਫੋਨ ਪੈਰ ਨਾਲ ਥੋੜ੍ਹੀ ਚੱਕਣਾ ਹੈ। ਲੱਕੀ, ਕੀ ਗੱਲ, ਤੂੰ ਚੁੱਪ ਚਾਪ ਕਿਉਂ ਬੈਠਾ? ਜੇ ਤੈਨੂੰ ਕੋਈ ਟੈਨਸ਼ਨ ਹੈ ਤਾਂ ਤੂੰ ਮੈਨੂੰ ਦੱਸ। ਨਹੀਂ, ਉਹ ਗੱਲ ਸੁਣ, ਆਪਾਂ ਥੋੜ੍ਹੀ ਦੇਰ ਤੱਕ ਨਾ ਕੀਰਤ ਦੇ ਨਾਲ ਕੈਂਟੀਨ ਜਾ ਕੇ ਬੈਠਾਂਗੇ, ਠੀਕ ਆ? ਮੈਂ ਅਤੇ ਕੀਰਤ, ਉਹ ਵੀ ਇਕੱਠੇ, ਜਮਾਂ ਵੀ ਨਹੀਂ। ਨਾਲੇ ਅੱਜ ਆਪਾਂ ਮੌਲ ਨਹੀਂ ਸੀ ਜਾਣਾ? ਉਹ ਯਾਰ ਮਜਬੂਰੀ ਆ, ਸਮਝਿਆ ਕਰ, ਥੋੜ੍ਹੇ ਦਿਨਾਂ ਦੀ ਤਾਂ ਗੱਲ ਆ। ਨਾਲੇ ਗੱਲ ਅੱਜ ਸ਼ਾਮ ਦੀ ਸੀ, ਹੁਣ ਗੱਲ ਦਿਨਾਂ 'ਤੇ ਹੋ ਗਈ, ਕੀ ਚੱਕਰ ਹੈ, ਤੂੰ ਮੈਨੂੰ ਗੱਲ ਖੁੱਲ੍ਹ ਕੇ ਦੱਸ। ਰੂਪ ਕੀਰਤ ਨਾਲ ਬ੍ਰੇਕਅਪ ਕਰ ਰਿਹਾ। ਓ ਐਮ ਜੀ, ਤੂੰ ਕੀਰਤ ਨੂੰ ਕਿਤੇ ਆਪਣੀ ਗੱਲ ਦੁਬਾਰਾ ਨਾ ਪਵਾ ਲਈ। ਸੋਰੀ,
रूप ने मेरी ड्यूटी लाई है इहदा ख्याल रखण दी ते इहनूं दसण दी ते प्लीज तू कीरत नाल ढंग ना पेश आवीं। ओहो तैनूं पता तां है मैं किन्नी वधिया एक्टिंग करदी आं नाले ना जो तू कीरत नूं दसेंगा मैनूं जरूर नाल लैके जाई मैं उहदे रिएक्शन वेखणे ने दस दूंगा रूप भी ना की रूप भी ठीक है हो अजकल कोलगेट दे जमाने च बंदा कदों तक दातन चक्की फिरे जैसिका सॉरी अनमोल हां जी ए वाला टॉपिक समझाओगे मेनू केड़ा कॉम्बिनेशन सर्किट हां जी कॉम्बिनेशन सर्किट एक ऐसा सर्किट है जो सीरीज पास एंड पैरेलल पास का ब्रांड है कॉम्बिनेशन सर्किट लॉजिकली परफॉर्म करता है जो कि बूलियन एक्सप्रेशन इजी आउटपुट भी इसका रिजल्ट है एंड दिस इज कॉल्ड कॉम्बिनेशन सर्किट हेलो की समझाया मैं ओ ओही जेड़ा तुसी लास्ट च समझाया सी की इट इज कॉल्ड कॉम्बिनेशन सर्किट अनमोल बस करो किन्ना कु पढ़ना तुसी फ्री लेक्चर है कोई होर गल्ला बातें कर लिया करो तुसी हुण साडी तेरे वांगू फुल असेसमेंट थोड़ी जांदी है अनमोल हुण इहदे च मेरा की कसूर है कि बाकी सारे टीचर्स मेरी ज्यादा असेसमेंट ला के भेजदे ने सॉरी यार मैं तो मजाक च बोलिया सी मजाक मजाक ही तो बन चुकी है मेरी लाइफ सब समझते ने कि मैं बुरी हाँ कोई भी टॉट मार देता है कोई भी बिना सोचे समझे मैनू कुछ भी कह देता है यार मैं टॉट नहीं मार रहा सी मैं तो उदा ही फ्लो फ्लो च बोलता कदे कदे तो मैनू यह लगता है कि इस दुनिया च मेरा कोई भी नहीं जिन्हा मैनू समझ सके मैं तेरी सिचुएशन समझता यार ताई ता भंगड़े वास्ते रूप नूं तेरा नाम सजेस्ट किया सी ते पढ़ाई छड़ के तेरे चैट भी की ते उस दिन तेरी परफॉर्मेंस भी देखी सॉरी यार जे तैनू मेरी गल का बुरा लगे होगा तो इट्स ओके अनमोल मैनू पता मैं कदे कदे ज्यादा एक्टिंग मैं कदे कदे ज्यादा इमोशनल हो जाती हाँ पर इट्स ओके आई एम फाइन नाउ ਹੋਰ ਸੁਣਾਓ ਘਰ ਸਭ ਕਿੱਦਾਂ ਸਭ ਵਧੀਆ ਤੁਸੀਂ ਸੁਣਾਓ ਕੋਈ ਗੱਲਬਾਤ ਗੱਲਬਾਤ ਤਾਂ ਕੋਈ ਨਹੀਂ ਯਾਰ ਸੋਚ ਰਿਹਾ ਐਗਜ਼ਾਮ ਦੇਣ ਤੋਂ ਪਹਿਲਾਂ ਇੱਕ ਵਾਰ ਦਾਦੀ ਜੀ ਨੂੰ ਮਿਲ ਲਵਾਂ ਅਤੇ ਭੂਆ ਜੀ ਨੂੰ ਅੰਮ੍ਰਿਤਸਰ ਜਾ ਕੇ ਪਰ ਤੁਸੀਂ ਇਹ ਨਾ ਸਮਝ ਲਿਓ ਕਿ ਮੈਂ ਇੰਨੀ ਛੇਤੀ ਮੰਨ ਜਾਂਗੀ ਕੱਲ੍ਹ ਸੈਕਿੰਡ ਲੈਕਚਰ ਤੋਂ ਬਾਅਦ ਅਸੀਂ ਮਿਲਾਂਗੇ ਅਤੇ ਇਕੱਠੇ ਬੈਠਾਂਗੇ ਵੀ ਨਹੀਂ ਯਾਰ ਕੱਲ੍ਹ ਤਾਂ ਮੈਂ ਪੜ੍ਹਨਾ ਕਿਉਂ ਕਿਉਂਕਿ ਮੇਰੀ ਤੁਹਾਡੇ ਤੋਂ ਜ਼ਿਆਦਾ ਅਸੈਸਮੈਂਟ ਲੱਗ ਰਹੀ ਹੈ ਇਸ ਕਰਕੇ ਚਲ ਠੀਕ ਆ ਮਿਲ ਲਾਂਗੇ ਪ੍ਰੋਮਿਸ ਪ੍ਰੋਮਿਸ ਚਲ ਹੁਣ ਕਿੱਥੇ ਜਾ ਬਸ ਕੁਛ ਨਹੀਂ ਘਰ ਹੀ ਜਾਣਾ ਵਾਹ ਓਏ ਦੇਖ ਬਾਬੇ ਸਰਦਾਰ ਵੀ ਟਰੋਫੀ ਲੈ ਗਿਆ ਤੂੰ ਵੀ ਚੱਲ ਲਈ ਗਿਆ ਵੈਸੇ ਸਾਰੇ ਜਿੱਤ ਜਾਂਦੇ ਨੇ ਇੱਕ ਅੱਧੇ ਨੂੰ ਛੱਡ ਕੇ ਕਿ ਨਹੀਂ ਬਸ ਲੱਕੀ ਕੋਠੀ ਜਾਣਾ ਯਾਰ ਮੈਂ ਤੇ ਜੈਸਿਕਾ ਕੀਰਤ ਨਾਲ ਕੈਂਟੀਨ ਚੱਲਿਆ ਚੱਲ ਆ ਤੂੰ ਵੀ ਨਾਲ ਚੱਲ ਮੇਰਾ ਮੂਡ ਨਹੀਂ ਉਹ ਹਾਂ ਯਾਰ ਸੱਚ ਮੈਂ ਦੱਸਣਾ ਭੁੱਲ ਗਿਆ ਸੀ ਕਿ ਮੇਰੀ ਵੇਟ ਨਾ ਕਰਿਓ ਕਿਉਂਕਿ ਕੰਪਨੀ ਵਾਲਿਆਂ ਨੇ ਮੈਨੂੰ ਹੋਟਲ ਬੁੱਕ ਕਰਵਾ ਕੇ ਦਿੱਤਾ ਸਟੂਡੀਓ ਤੋਂ ਬਾਅਦ ਫਿਰ ਮੈਂ ਉੱਥੇ ਜਾਊਂਗਾ JW ਮੈਰਿਜ ਕੰਪਨੀ ਵਾਲਿਆਂ ਨੇ ਕਰਵਾ ਕੇ ਦੇਣਾ ਹੋਰ ਇਹਦੇ ਪੱਲੇ ਹੈ ਕੀ ਚੱਲ ਚੱਲ ਹੁਣ ਲਾਲੀ ਕਿੱਥੇ ਆ ਉਸਤਾਦ ਖੁਸ਼ ਹੁਆ ਕਿੱਧਰ ਇੱਧਰ ਉਹ ਖੜਾ ਹੋ ਉਸਤਾਦ ਉਹਨਾਂ ਵਾਲਾ ਖੁਸ਼ ਹੁਆ
ਹਾਂ ਖੁਸ਼ ਹੋਗਾ। ਉਹ ਕੀ ਗੱਲ ਜੂਲੀਅਨ ਅਸਾਂਚ ਕਿਵੇਂ ਸਿਰਜਾ ਸਿੱਟੀ ਬੈਠਾ ਹੋਏ? ਓਏ ਅੱਜ ਤਾਂ ਸਹੀ ਨਾਮ ਲਿਆ ਤੇਰਾ ਹੈਂ। ਓਏ ਬਹੁਤ ਵਧੀਆ ਕੰਮ ਕੀਤਾ ਤੂੰ ਉਸਤਾਦ ਜੀ, ਪੂਰੇ ਖੁਸ਼ ਨੇ ਤੇਰੇ ਤੋਂ। ਆਹੋ ਓ ਬੱਲੇ ਮੇਰਿਆ ਸ਼ੇਰਾ, ਅੱਜ ਬਿਨਾਂ ਯਾਦ ਕੀਤੇ ਹੀ ਹਾਜ਼ਰ ਹੋ ਗਿਆ, ਇੰਨੀ ਛੇਤੀ ਮੁਕਾ ਲਿਆ ਅਸਲਾ। ਉਸਤਾਦ ਜੀ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ। ਹਾਂ ਹਾਂ ਬੋਲ, ਬੇਝਿਜਕੋ ਕੇ ਬੋਲ, ਮੈਂ ਤਾਂ ਤੇਰੇ ਵਾਸਤੇ ਕੁਛ ਵੀ ਕਰਨ ਨੂੰ ਤਿਆਰ ਹਾਂ। ਉਸਤਾਦ ਜੀ ਮੈਨੂੰ ਪਤਾ ਕਿ ਉਹ ਬਿਜ਼ਨਸਮੈਨ ਦਾ ਕਤਲ ਕਿਸਨੇ ਕੀਤਾ। ਓ ਜ਼ਬਾਨ ਸੰਭਾਲ ਕੇ ਹਟ ਜਾ ਲੱਕੇ, ਧਮਕੀ ਦੇ ਰਿਹਾ ਤੂੰ ਖੇ, ਹੈਂ ਹਟ ਜਾ, ਬੋਲਣ ਦੇ ਇਸ ਨੂੰ। ਉਸਤਾਦ ਜੀ ਮੈਂ ਨਸ਼ਾ ਅਤੇ ਹੈਕਿੰਗ ਸਿਰਫ ਸਵਾਦ ਲਈ ਕੀਤੀ ਹੈ, ਨਾ ਕਿ ਕਿਸੇ ਦੀ ਜਾਨ ਲੈਣ ਲਈ। ਓ ਤੇਰੀ ਲੈਣੀ ਦੇਣੀ ਤਾਂ ਅਸੀਂ ਕਰਦੇ ਹਾਂ। ਅਖੇ ਜੋ ਹੋਣਾ ਸੀ ਹੋ ਗਿਆ, ਜੋ ਪਾਣਾ ਵਰਤਣਾ ਸੀ ਵਰਤ ਗਿਆ, ਮੈਂ ਹੁਣ ਤੁਹਾਡੇ ਨਾਲ ਹੋਰ ਵਰਤਣਾ ਨਹੀਂ ਚਾਹੁੰਦਾ। ਮੈਂ ਫੈਸਲਾ ਕੀਤਾ ਕਿ ਮੈਂ ਇਹ ਕੰਮ ਛੱਡ ਦੇਣਾ, ਜੋ ਕੁਝ ਤੁਸੀਂ ਮੇਰੇ ਲਈ ਕੀਤਾ ਜਾਂ ਮੈਂ ਤੁਹਾਡੇ ਲਈ ਕੀਤਾ, ਮੈਂ ਉਹ ਸਭ ਭੁਲਾ ਦੇਣਾ ਅਤੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ। ਠੀਕ ਹੈ, ਮੈਨੂੰ ਕੋਈ ਇਤਰਾਜ਼ ਨਹੀਂ, ਜਾ ਸਕਦਾ ਹੈ, ਪਰ ਜਾਣ ਤੋਂ ਪਹਿਲਾਂ ਗੱਲ ਸੁਣ ਕੇ ਜਾਈ, ਸ਼ੇਰਾਂ ਨੂੰ ਆਪਣੇ ਬੱਚਿਆਂ ਦਾ ਢਿੱਡ ਭਰਨ ਵਾਸਤੇ ਸ਼ਿਕਾਰ 'ਤੇ ਜਾਣੀ ਪੈਂਦਾ ਕਾਕਾ। ਉਸਤਾਦ ਜੀ ਇਹ ਗਲਤ ਕਰ ਰਹੇ ਹੋ ਤੁਸੀਂ, ਜੇ ਨਹੀਂ ਕਿਸੇ ਨੂੰ ਦੱਸਤਾ ਫਿਰ ਆ ਕੀ ਕੀਤਾ ਤੁਸੀਂ? ਨਸ਼ੇੜੀ ਬੰਦੇ ਦਾ ਕੀ ਪਤਾ ਹੁੰਦਾ ਕੀ ਬਕ ਜੇ ਕੀ ਕਹਿ ਜੇ? ਓਏ ਪਰਵਾਹ ਨਾ ਕਰ ਲੱਖਿਆ, ਕਦੇ ਸ਼ੇਰਾਂ ਨੂੰ ਵੀ ਘਾਹ ਚੜਦੇ ਵੇਖਿਆ? ਮੁੜ ਘੁੜ ਕੇ ਬੋਤੀ ਨੇ ਬੋਝ ਥੱਲੇ ਆਉਣਾ ਹੁੰਦਾ ਹੈ। ਨਾਲੇ ਹਾਂ ਸੱਚ ਸਾਲਿਆ, ਤੂੰ ਉੱਥੇ ਕੱਪੜੇ ਬਦਲ ਕੇ ਨਹੀਂ ਸੀ ਜਾ ਸਕਦਾ ਹੈ? ਉਸਤਾਦ ਜੀ ਗਲਤੀ ਹੋ ਗਈ, ਗਲਤੀ ਹੋ ਗਈ, ਮਾਫ ਕਰ ਦੋ ਜੀ। ਉਸਤਾਦ ਜੀ ਇਹਨੇ ਬੜੀ ਛੇਤੀ ਮਨ ਬਦਲ ਲਿਆ। ਉਹ ਮੈਂ ਆਪਣਾ ਫੋਨ ਭੁੱਲ ਗਿਆ ਸੀ। ਹਵਾ ਕਿੰਨੀ ਸੋਹਣੀ ਚੱਲ ਰਹੀ ਆ ਨਾ। ਹੋਰ ਕਿਰਤ ਕੀ ਹਾਲ ਚਾਲ ਹੈ? ਮੈਂ ਵਧੀਆ, ਤੁਸੀਂ ਦੱਸੋ ਤੁਹਾਡੇ ਦੋਵਾਂ ਦੀ ਲਵ ਲਾਈਫ ਕਿਵੇਂ ਚੱਲ ਰਹੀ ਆ? ਸਾਡੀ ਲਵ ਲਾਈਫ ਤਾਂ ਵਧੀਆ ਚੱਲ ਰਹੀ ਹੈ, ਤੁਸੀਂ ਦੱਸੋ ਰੂਪ ਕਿੱਥੇ ਆ, ਦਿਖ ਨਹੀਂ ਰਿਹਾ? ਪਤਾ ਨਹੀਂ, ਆਉਣ ਵਾਲਾ ਹੀ ਹੋਣਾ ਸ਼ਾਇਦ, ਹੈ ਨਾ ਲੱਕੀ? ਹਾਂ ਹਾਂ। ਇੱਕ ਗੱਲ ਦੱਸਾਂ ਕਿਰਤ, ਮੈਨੂੰ ਨਾ ਤੁਹਾਡੀ ਅਤੇ ਰੂਪ ਦੀ ਜੋੜੀ ਪਹਿਲੇ ਦਿਨ ਤੋਂ ਹੀ ਬਹੁਤ ਸੋਹਣੀ ਲੱਗਦੀ ਆ, ਬਿਲਕੁਲ ਪਰਫੈਕਟ ਕਪਲ ਹੈ। ਥੈਂਕ ਯੂ। ਥੈਂਕ ਯੂ ਵਾਲੀ ਕੀ ਗੱਲ ਆ, ਮੈਂ ਤਾਂ ਆਪ ਚਾਹੁੰਦੀ ਹਾਂ ਕਿ ਮੇਰੀ ਅਤੇ ਲੱਕੀ ਦੀ ਜੋੜੀ ਵੀ ਐਵੇਂ ਬਿਲਕੁਲ ਪਰਫੈਕਟ ਹੋਵੇ, ਹੈ ਨਾ ਲੱਕੀ? ਹਾਂ ਬਿਲਕੁਲ ਸਹੀ ਕਿਹਾ ਤੂੰ, ਨਾਲੇ ਤਾਂ ਹਸਾਉਂਦਾ ਵੀ ਬਹੁਤ ਹੈ, ਬਹੁਤ ਖੁਸ਼ ਰੱਖੂਗਾ ਤੈਨੂੰ। ਹਾਂ ਪੂਰਾ ਜੋਕਰ ਹੈ। ਸਰਕਸ ਲਾ ਦਾਂ ਤੇਰੇ ਲਈ ਇੱਥੇ। ਕਿਰਤ ਆਪਾਂ ਨਾ ਸਾਰੀਆਂ ਪੁਰਾਣੀਆਂ ਗੱਲਾਂ ਭੁੱਲ ਕੇ ਇੱਕ ਨਵੀਂ ਫਰੈਂਡਸ਼ਿਪ ਦੀ ਸ਼ੁਰੂਆਤ ਕਰ ਸਕਦੇ ਹਾਂ? ਬਿਲਕੁਲ, ਆਫਕੋਰਸ, ਨਾਲੇ ਹੁਣ ਤਾਂ ਤੁਸੀਂ ਦੋਵੇਂ ਵੀ ਇਕੱਠੇ ਹੋ, ਮੈਂ ਅਤੇ ਰੂਪ ਅਤੇ ਤੁਸੀਂ ਦੋਨੋਂ ਮਿਲ ਕੇ ਕਿਤੇ ਘੁੰਮਣ ਚੱਲੀਏ। ਹਾਂ ਆਪਾਂ ਨਾ ਸ਼ਿਮਲੇ ਚੱਲਦੇ ਹਾਂ, ਹੈ ਨਾ, ਕਿਉਂ ਲੱਕੀ? ਹਾਂ ਇੱਕ ਮਿੰਟ ਤੁਸੀਂ ਬੈਠੋ, ਮੈਨੂੰ ਘਰੋਂ ਫੋਨ ਆਇਆ, ਮੈਂ ਗੱਲ ਕਰਕੇ ਆਇਆ। ਹਾਂ ਰੂਪ। ਉਹ ਹਾਂ ਓਏ ਹੋਇਆ ਕੰਮ ਕਿ ਨਹੀਂ? ਹਾਂ ਕੰਮ ਤਾਂ ਹੋ ਗਿਆ। ਅੱਛਾ ਰੋਈ ਰੂਈ ਤਾਂ ਨਹੀਂ?
ਨਾ ਰੋਣ ਵਾਲਾ ਤਾਂ ਕੰਮ ਹੀ ਕੋਈ ਨਹੀਂ ਸੀਗਾ। ਬਸ ਤੈਨੂੰ ਪਤਾ ਥੋੜ੍ਹਾ ਝਟਕਾ ਤਾਂ ਲੱਗਦਾ ਹੀ ਹੈ, ਪਰ ਭਰਜਾਈ ਸੋਰੀ ਕੀਰਤ ਰੋਈ ਨਹੀਂ। ਚੱਲ ਠੀਕ ਹੈ ਬਾਈ ਮੇਰਿਆ, ਥੈਂਕ ਯੂ ਯਾਰ। ਕਿੱਥੇ ਆ ਤੂੰ? ਮੈਂ ਅੱਜ ਰਿਸ਼ਤੇਦਾਰਾਂ ਵੱਲ ਸੀਗਾ ਯਾਰ, ਸਵੇਰੇ ਆਊਂਗਾ। ਚੰਗਾ ਫੋਨ ਫਾਨ ਨਾ ਕਰੀ ਮੈਨੂੰ। ਅੱਛਾ ਗੱਲ ਸੁਣ, ਮੈਂ ਤੈਨੂੰ ਕਿਹਾ ਸੀ ਨਾ ਵੀ ਉਹ ਨਹੀਂ ਰਹੂਗੀ, ਕਿਉਂਕਿ ਉਹਨੂੰ ਵੀ ਪਤਾ ਯਾਰ ਇਹ ਰਿਲੇਸ਼ਨ ਨਹੀਂ, ਇਹ ਗਲ ਪਿਆ ਢੋਲ ਸੀ ਜੋ ਅਸੀਂ ਦੋਵੇਂ ਵਜਾ ਰਹੇ ਸੀ। ਕੁਛ ਬੋਲ ਯਾਰ, ਐਵੇਂ ਚੁੱਪ ਜਿਹੀ ਬਹਿ ਕੇ ਮੈਨੂੰ ਗਿਲਟੀ ਫੀਲ ਨਾ ਕਰਾਂ। ਨਹੀਂ ਮੈਂ ਬਸ ਵੈਸੇ ਸੋਚ ਰਹੀ ਸੀ ਕੁਛ ਹੋਰ। ਕੀ ਉਸ ਦਿਨ ਡਿਨਰ 'ਤੇ ਤੇਰੇ 'ਚ ਇੰਨੀ ਹਿੰਮਤ ਕਿਵੇਂ ਪਈ ਮੈਨੂੰ ਪ੍ਰਪੋਜ਼ ਕਰਨ ਦੀ? ਜੇ ਗੱਲ ਪ੍ਰਪੋਜ਼ ਕਰਨ ਦੀ ਆ, ਉਹਦੀ ਤਿਆਰੀ ਤਾਂ ਮੈਂ ਬਚਪਨ ਤੋਂ ਕਰ ਰਿਹਾ ਸੀ, ਉਹ ਗੱਲ ਵਾਖਾ ਵੀ ਕਦੇ ਮੌਕਾ ਨਹੀਂ ਲੱਗਿਆ। ਅੱਛਾ ਜੀ, ਪਰ ਡਿਨਰ ਤੋਂ ਪਹਿਲਾਂ ਤਾਂ ਆਪਾਂ ਸਿਰਫ 2 ਦਿਨ ਹੀ ਮਿਲੇ ਸੀ, ਫਿਰ ਤੈਨੂੰ ਕਿਵੇਂ ਲੱਗਿਆ ਕਿ ਮੈਂ ਤੈਨੂੰ ਹਾਂ ਕਰ ਦੂੰਗੀ? ਜਿਹੜੇ ਤੂੰ ਗੰਦੇ ਤਰੀਕੇ ਨਾਲ ਮੈਨੂੰ ਦੇਖਿਆ ਸੀ ਨਾ। ਓ ਹੈਲੋ, ਕਿਹੜੇ ਗੰਦੇ ਤਰੀਕੇ ਨਾਲ? ਜਦੋਂ ਤੂੰ ਸਾਡੀ ਕਲਾਸ 'ਚ ਆਈ ਸੀ, ਤੂੰ ਮੈਨੂੰ ਤੇ ਕੀਰਤ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਿਆ ਸੀ ਨਾ, ਵੀ ਇਹ ਇੰਨਾ ਗੱਭਰੂ ਜਵਾਨ ਕੀ ਛੋਟੀ ਜਿਹੀ ਚੱਕੀ ਫਿਰਦਾ, ਉਹ ਮੈਂ ਉਦਣ ਹੀ ਲਾ ਲਿਆ ਸੀ ਸਾਹਿਬ ਵੀ ਤੇਰੀ ਗੱਲ ਬਣੂ ਮੁੰਡਿਆ। ਨਾਲੇ ਆਪਾਂ ਤਾਂ 1 ਦਿਨ ਮਿਲੇ ਸੀ। ਯਾਦ ਕਰੋ ਆਪਾਂ ਉਸ ਤੋਂ ਪਹਿਲਾਂ ਵੀ ਮਿਲੇ ਸੀ, ਮਿਲੇ ਤਾਂ ਨਹੀਂ ਸੀ ਪਰ ਦੇਖਿਆ ਜ਼ਰੂਰ ਸੀ, ਯਾਦ ਕਰੋ? ਓ ਯਾਰ ਆ ਗਿਆ ਯਾਦ, ਜਦ ਮੈਨੂੰ ਦੇਖ ਕੇ ਦਰਖਤਾਂ ਪਿੱਛੇ ਲੁੱਕ ਗਏ ਸੀ। ਫਿਰ ਤਾਂ ਮੇਰਾ ਭੰਗੜਾ ਵੀ ਦੇਖਿਆ। ਭੰਗੜਾ ਵੀ ਦੇਖਿਆ ਤੇ ਉਹ ਮੁੰਡਾ ਵੀ ਜਿਹਨੂੰ ਤੁਸੀਂ ਥੱਲੇ ਸੁੱਟਤਾ ਸੀ। ਕਰਨਾ ਪੈਂਦਾ ਯਾਰ ਇੰਨਾ ਕੁ ਤਾਂ, ਹੁਣ ਕੀ ਕਰੀਏ। ਚੱਲੀਏ ਫਿਰ, ਚਲੋ ਕਾਫੀ ਪੀਂਦੇ ਹਾਂ ਨਾ। ਕੀ ਗੱਲ ਜਸ, ਸਭ ਠੀਕ ਆ? ਤੈਨੂੰ ਸਵੇਰ ਦਾ ਦੇਖ ਰਿਹਾ ਬੜਾ ਉਦਾਸ ਜਿਹਾ ਬੈਠਾ। ਵੈਸੇ ਬਾਈ ਕੋਈ ਖਾਸ ਗੱਲ ਨਹੀਂ ਹੈ। ਤੂੰ ਭਾਵੇਂ ਨਾ ਦੱਸ ਪਰ ਤੇਰਾ ਚਿਹਰਾ ਦੱਸਦਾ, ਹੁਣ ਦੱਸੇਗਾ ਵੀ ਕਿ ਨਹੀਂ? ਬਸ ਕੁਛ ਨਹੀਂ ਬਾਈ, ਉਦਣ ਜਿਹੜਾ ਮੈਂ ਕੰਪੀਟੀਸ਼ਨ 'ਚ ਗਾਉਂਦੇ ਗਾਉਂਦੇ ਭੁੱਲ ਗਿਆ, ਉਹੀ ਗੱਲ ਸੂਲ ਅੰਗੂ ਰੜਕਦੀ ਪਈ ਆ ਮੇਰੇ ਦਿਲ 'ਚ। ਉਹ ਇੰਨੀ ਟੈਨਸ਼ਨ ਨਾ ਲਿਆ ਕਰੇ ਯਾਰ, ਜ਼ਿੰਦਗੀ 'ਚ ਹਾਰ ਜਿੱਤ ਤਾਂ ਚੱਲਦੀ ਰਹਿੰਦੀ ਆ। ਬਾਈ ਗੱਲ ਹਾਰ ਜਿੱਤ ਦੀ ਨਹੀਂ ਹੈ, ਗੱਲ ਆ ਭਰੋਸੇ ਦੀ। ਏਕਮ ਨੂੰ ਭਰਾ ਵਾਂਗੂ ਟ੍ਰੀਟ ਕੀਤਾ ਸੀ ਮੈਂ, ਰੂਪ ਤੇ ਲੱਕੀ ਮਿੰਟ ਲਾਉਂਦੇ ਸੀ ਉਹ ਤਾਂ ਮਜ਼ਾਕ ਉਡਾਉਣ ਨੂੰ, ਪੈਰ ਪੈਰ ਤੇ ਮੋਟੀਵੇਟ ਕੀਤਾ ਮੈਂ ਉਹਨੂੰ, ਉਹ ਤਾਂ ਗਾਉਣ ਦੀ ਆਸ ਵੀ ਛੱਡ ਗਿਆ ਸੀ। ਇੱਕ ਇੱਕ ਵੀਕ ਪੁਆਇੰਟ ਮੈਂ ਉਹਨੂੰ ਉਹਦਾ ਦੱਸਦਾ ਰਿਹਾ ਤੇ ਆਪਣਾ ਵੀ ਦੱਸ ਬੈਠਾ, ਕੋਲ ਬਹਿ ਕੇ ਵਾਜੇ ਤੇ ਰਿਆਜ਼ ਕਰਾਇਆ ਤੇ ਉਹਨੇ ਯਾਰੀ ਦਾ ਆਹ ਮੁੱਲ ਪਾਇਆ। ਦੇਖ ਭਾਈ ਗੱਲ ਇੱਦਾਂ, ਏਕਮ ਦਾ ਕੋਈ ਕਸੂਰ ਨਹੀਂ ਹੈਗਾ ਇਹਦੇ ਵਿੱਚ, ਇਹ ਤਾਂ ਤੂੰ ਬਾੜੇ ਸ਼ੁਦਾਈ ਬਣ ਗਿਆ ਤੇ ਚੱਕ ਕੇ ਉਹਨੂੰ ਉਹੀ ਗਾਣਾ ਗਾਣ ਨੂੰ ਦਿੱਤਾ ਜਿਹੜਾ ਉਹਨੂੰ ਚੱਜਣਾ ਆਉਂਦਾ ਸੀ। ਸਹੀ ਗੱਲ ਆ ਭਰਾਵਾ, ਸਾਲੀ ਚਵਲ ਤਾਂ ਮੇਰੇ ਤੋਂ ਹੀ ਵੱਜੀ ਹੈ। ਹੁਣ ਸਮਝ ਲੈ, ਪੇਪਰਾਂ 'ਚ ਮੈਨੂੰ ਕੁਸ਼ਚਨ ਪੁੱਟ ਕਰਨ ਲਈ ਕਿਹਾ ਜਾਵੇ ਡੀਜ਼ੀ ਨੂੰ, ਮੈਂ ਉਹਨੂੰ ਸੌਖਾ ਪੁੱਛੂ ਜਾਂ ਔਖਾ? ਜਿਹੜੇ ਹਿਸਾਬ ਨਾਲ ਅੱਜ ਉਹਦੇ ਨਾਲ ਲਿਪਟਿਆ ਬੈਠਾ ਸੀ ਉਸ ਹਿਸਾਬ ਨਾਲ ਤਾਂ ਸੌਖਾ ਹੀ ਪੁੱਛੇਗਾ। ਉਹ ਯਾਰ ਮੈਂ ਨਹੀਂ ਗਿਆ ਸੀ, ਉਹ ਮੇਰੇ ਕੋਲ ਖੁਦ ਆਈ ਸੀ। ਦੇਖੀ ਕਿਤੇ ਤੂੰ ਨਾ ਮੇਰੇ ਵਾਂਗੂ ਸ਼ਦਾਈ ਬਣ ਜੀ ਜ਼ਾਲਮਾ। ਉਹ ਵੈਸੇ ਯਾਰ ਰੂਪ ਤੇ ਲੱਗੀ ਕਿੱਥੇ ਨੇ ਸਵੇਰ ਦੇ? ਰੂਪ ਅੱਜ ਕਲਾਸ ਲਗਾਉਣ ਵੀ ਨਹੀਂ ਆਇਆ, ਇਹ ਦੇਖੀ ਐਤਕੀ ਪੱਕਾ ਫਿਰ ਡਿਟੇਨ ਹੋਊ। ਜਿਹੜੇ ਉਹਨੇ ਲੱਛਣ ਫੜੇ ਹੋਏ ਨੇ ਨਾ, ਮੈਨੂੰ ਲੱਗਦਾ ਆਪਾਂ ਨੂੰ ਗਰੁੱਪ 'ਚੋਂ ਵੀ ਡਿਟੇਨ ਕਰਨਾ ਪੈਣਾ ਇਹਨੂੰ। ਕਿਉਂ ਕੀ ਹੋਇਆ? ਕੀ ਦੱਸਾਂ ਹੁਣ ਮੈਂ ਤੈਨੂੰ, ਬ੍ਰੇਕਅਪ ਕਰ ਲਿਆ ਪਤੰਦਰ ਨੇ ਕੀਰਤ ਨਾਲ। ਓ ਯਾਰ, ਆਪਣੀਆਂ ਹਰਕਤਾਂ ਤੋਂ ਬਾਅਦ ਨਹੀਂ ਨਾ ਸਾਲਾ ਉਹ। ਕਦੋਂ ਹੋਇਆ ਇਹ? ਯੂਥ ਫੈਸਟੀਵਲ ਦਾ ਲਾਸਟ ਡੇ ਸੀ ਜਿੱਦਣ।
ਵੈਸੇ ਕਮਾਲ ਕਰਤੀ ਯਾਰ ਇਸ ਬੰਦੇ ਨੇ ਯਾਰ, ਐਡਾ ਫੈਸਲਾ ਲੈਣ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਿਆ। ਕਿਰਤ 'ਤੇ ਕੀ ਬੀਤਦੀ ਹੋਊ? ਰੱਬ ਵਾਂਗੂ ਪੂਜਦੀ ਸੀ ਇਹਨੂੰ। ਉਹਨੂੰ ਤਾਂ ਵਿਚਾਰੀ ਨੂੰ ਹਜੇ ਪਤਾ ਹੀ ਨਹੀਂ, ਲੱਕੀ ਗਿਆ ਅੱਜ ਦੱਸਣ। ਹੋਰ ਸੁਣ ਲਓ, ਰੂਪ ਨੇ ਤਾਂ ਅੱਜ ਖਤ ਵਾਪਸ ਕਰਨ ਨੂੰ ਵੀ ਕਹਿਤਾ। ਖਤ? ਯਾਰ ਕੋਈ ਇੰਨਾ ਬੇਕਦਰਾ ਵੀ ਹੋ ਸਕਦਾ? ਕਮਾਲ ਕਰਤੀ, ਵੈਸੇ ਇਹ ਬੰਦੇ ਤੋਂ ਇਹ ਉਮੀਦ ਨਹੀਂ ਸੀ। ਮੈਨੂੰ ਨਹੀਂ ਸੀ ਲੱਗਦਾ ਵੀ ਇਹ ਗਲਤ ਟਰੈਕ ਫੜੂਗਾ। ਹੁਣ ਇਹ ਨਾ ਕਹਿ ਦੀ ਕਿ ਉਹਨੇ ਸਿਮਰਨ ਪਿੱਛੇ ਕਿਰਤ ਨੂੰ ਛੱਡਤਾ। ਛੱਡਿਆ ਤਾਂ ਹੈ। ਜਾ ਯਾਰ, ਉਸ ਦਿਨ ਜਦੋਂ ਇਹਨੂੰ ਰਿਕੁਐਸਟ ਆਈ ਸੀ ਨਾ, ਮੈਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਇਹਦੇ ਇਰਾਦਿਆਂ ਦਾ। ਆਉਣ ਦੇ ਸਾਲੇ ਨੂੰ ਕੋਠੀ ਲੈਂਦਾ ਖਬਰ। ਰੋਈ ਤਾਂ ਨਹੀਂ ਉਹਨੇ? ਤਾਂ ਰੋਣਾ ਹੀ ਸੀ, ਪਰ ਉਹਨੂੰ ਖੱਤ ਦਿੰਦਿਆਂ ਦਿੰਦਿਆਂ ਮੇਰੀਆਂ ਆਪਣੀਆਂ ਅੱਖਾਂ ਵੀ ਸਿੱਲੀਆਂ ਹੋ ਗਈਆਂ। ਕਰ ਹੀ ਦਿੱਤਾ ਫਿਰ ਪੂਰਾ। ਇਹ ਤਾਂ ਉਹਨੂੰ ਮਿਲਣ ਤੋਂ ਬਾਅਦ ਆਪੇ ਹੀ ਪੂਰਾ ਹੋ ਗਿਆ। ਦਿਲ ਦੇ ਵਿਹੜੇ ਬਹਿ ਕੇ ਵਿਹੜਾ ਲੁੱਟ ਕੇ ਲੈ ਗਿਆ ਵੇ, ਮਾਰ ਉਡਾਰੀ ਸੱਜਣਾ ਹੋਰ ਦੇ ਬਨੇਰੇ ਬਹਿ ਗਿਆ ਵੇ। ਦਿਲ ਦੇ ਵਿਹੜੇ ਬਹਿ ਕੇ ਵਿਹੜਾ ਲੁੱਟ ਕੇ ਲੈ ਗਿਆ ਵੇ, ਮਾਰ ਉਡਾਰੀ ਸੱਜਣਾ ਹੋਰ ਦੇ ਬਨੇਰੇ ਬਹਿ ਗਿਆ ਵੇ, ਮਾਰ ਉਡਾਰੀ ਸੱਜਣਾ ਹੋਰ ਦੇ ਬਨੇਰੇ ਬਹਿ ਗਿਆ ਵੇ। ਮੈਨੂੰ ਦੇਖ ਕੇ ਧੋਖਾ, ਮੈਨੂੰ ਦੇਖ ਕੇ ਦਗਾ, ਹੋਰ ਨੂੰ ਤੂੰ ਕਿਵੇਂ ਗਲ ਨਾਲ ਲਾਇਆ। ਦਿਲ ਦਾ ਕਰਕੇ ਵਪਾਰ ਦੱਸ ਦੇ ਕਿੰਨਾ ਨਫਾ ਕਮਾਇਆ, ਖਤ ਨਿਸ਼ਾਨੀਆਂ ਮੋੜ ਕੇ ਤੈਨੂੰ ਰਤਾ ਤਰਸਨਾ। It's 3-1, Captain 2.